ਚਾਹ ਤਾਂ ਉਹਨਾਂ ਦੇ ਕਿਸੇ ਦੀ ਗੱਲ ਠੀਕ ਆ ਗਲਤ ਵੀ। ਔਰ ਇੱਦਾਂ ਆ ਦੂਸਰੀ ਰਵਾਇਤ, ਇਹ ਮੁਸਤਦਰਕ ਹਾਕਮ ਦੀ ਹੈ, ਤਿਰਮਿਜ਼ੀ ਦੀ ਹੈ, ਮਗਰ ਇੱਥੇ ਲਫ਼ਜ਼ ਕੁਛ ਹੋਰ। ਇਹ ਦੱਸਿਆ ਕਿ ਅਬਦੁੱਲਾ ਬਿਨ ਅਮਰਾਂ ਦੇ ਰਸੂਲਾਂ ਨੇ ਫਰਮਾਇਆ, ਦਯਾ ਤਯੰਨਾ ਅਲਾ ਉਮਤੀ ਮਾ ਤਾਲਾ ਬਣੀ ਇਸਰਾਇਲ ਮਿਸਲਮ ਬੇ ਮਿਸਲਿਨ ਹਜ਼ਵਨ ਨਾਲ ਬਨਾਲ, ਕਿ ਜੋ ਕੁਛ ਪਹਿਲੀਆਂ ਉਮਤਾਂ 'ਤੇ ਬਣੀ ਇਸਰਾਇਲ 'ਤੇ ਗੁਜ਼ਰਿਆ ਮੇਰੀ ਉਮਰ 'ਤੇ ਸਭ ਗੁਜ਼ਰ ਗਿਆ, ਬਿਲਕੁਲ ਹੂ ਬਹੂ ਪੈਰ 'ਤੇ ਪੈਰ ਰੱਖੇ, ਹੱਤਾ ਲਓ ਕਾਣਾ ਫੀ ਮੰਨਾ ਕਾ ਉਮਰਾਨੀਆ ਤਨ ਕਾਣਾ ਫੀ ਉਮਤ ਮਿਸਲ, ਜੇ ਉਹਨਾਂ 'ਚੋਂ ਕਿਸੇ ਆਦਮੀ ਹਰਾਮੀ ਨੇ ਪਿਛਲੀ ਉਮਤਾਂ 'ਚੋਂ ਆਪਣੀ ਮਾਂ ਨਾਲ ਅਲਾਨੀਆ ਬਦਕਾਰੀ ਕੀਤੀ ਹੈ, ਅਤੇ ਇਸ ਉਮਰ 'ਚ ਵੀ ਕੋਈ ਹਰਾਮਦਾਦਾ ਐਸਾ ਜੰਮੂਗਾ ਜਿਹੜਾ ਕੰਮ ਕਰੂਗਾ। ਇੰਨਾ ਬਣੀ ਇਸਰਾਈਲ ਇਖਤਾਰਾ ਕੋਲਾ ਆਲਾ ਇਹਦਾ ਸਬੀਨ ਮਿਲਾ, ਬਣੀ ਇਸਰਾਈਲ ਦੇ 71 ਫਿਰਕੇ ਬਣੇ ਸੀ, ਬਸ ਅਫਤਰ ਇੱਕ ਉਮਤ ਜਿਹੜਾ ਸਲਾਸੇ ਮੈਂ ਸਬੀਨ ਮਿਲਾ, ਮੇਰੀ ਉਮਰ ਦੇ 73 ਬਣਨੇ ਆ, ਕੁੱਲ ਆਫਿਨਾਰ ਸਾਰੇ ਦੋਜ਼ਖ ਦਾ ਇਲਾ ਮਿਲਾ ਵਾਹਿਦਾ ਇੱਕ ਜਨਤੀ ਹੈ ਫਕੀਰ ਅਲ ਉਮਲ ਵਾਹਿਦਾ, ਕਿਹਾ ਉਹ ਕਿਹੜਾ ਕਾਲਾ ਮਾਨ ਆਲ ਅਹਿਲ ਜਾਮ ਵਾ ਸਾਹਿਬ, ਕਿਹਾ ਜਿਸ ਰਸਤੇ 'ਤੇ ਮੈਂ ਹਾਂ ਔਰ ਮੇਰੇ ਸਾਹਿਬ। ਇਮਾਮ ਤਿਰਮਿਜ਼ੀ ਨੇ ਜੋ ਲਿਖੀ